ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸਾਰੇ ਸਰੋਤਿਆਂ ਦਾ। ਅੱਜ ਆਪਣੇ ਕੋਲ ਸਟੂਡੈਂਟ ਵੀਜ਼ਾ ਦੇ ਜਿਹੜੇ ਅੱਜ ਪਾਸਪੋਰਟ ਅਸੀਂ ਡਿਲੀਵਰ ਕਰ ਰਹੇ ਸੀਗੇ, ਤਾਂ ਸਾਰੇ ਸਟੂਡੈਂਟਸ ਅਸੀਂ ਅੱਜ ਇਕੱਠਿਆਂ ਦਾ ਜਿਹੜਾ ਟੈਸਟੀਮੋਨੀਅਲ ਪੰਜ ਪੰਜ ਛੇ ਛੇ ਕਰਕੇ ਬਣਾ ਰਹੇ ਹਾਂ। ਸੋ ਜਾਣਦੇ ਹਾਂ ਕਿ ਕਿੱਥੇ ਜਾ ਰਹੇ ਨੇ ਤੇ ਕਿਵੇਂ ਰਹਿੰਦਾ ਸਫ਼ਰ ਆ। ਸਤਿ ਸ਼੍ਰੀ ਅਕਾਲ ਜੀ, ਕੰਗ੍ਰੈਚੁਲੇਸ਼ਨ। ਤੁਹਾਡਾ ਕੀ ਨਾਮ ਹੈ? ਅਸ਼ਮਨ ਸਿੰਘ। ਓਕੇ ਅਸ਼ਮਨ, ਕਿਹੜੇ ਕਾਲਜ ਪੜ੍ਹਨ ਚੱਲੇ ਹੋ? ਮੇਰਾ ਸਰ ਕੈਂਬਰਿੰਗ ਕਾਲਜ। ਓਕੇ, ਕਿਹੜਾ ਕੋਰਸ ਲੈ ਕੇ ਜਾਣਾ? ਹਾਸਪਿਟੈਲਿਟੀ। ਹਾਸਪਿਟੈਲਿਟੀ, ਕਿਵੇਂ ਦਾ ਐਕਸਪੀਰੀਅੰਸ ਹੈ ਤੁਹਾਡਾ? ਬਹੁਤ ਵਧੀਆ ਸਰ। ਥੈਂਕ ਯੂ। ਤੁਹਾਡਾ ਕੀ ਨਾਮ ਹੈ? ਸਰ ਅਸ਼ਵਿਰਪਾ। ਓਕੇ, ਕਿਹੜੇ ਕਾਲਜ ਐਂਡ ਕੋਰਸ ਚੱਲੇ ਹੋ? ਸਰ ਯੂਨੀਵਰਸਿਟੀ ਕੈਨੇਡਾ ਵੈਸਟ ਵੈਨਕੂਵਰ ਵਿੱਚ ਸਟੱਡੀ ਹੈਗੀ ਮੇਰੀ ਐਸੋਸੀਏਸ਼ਨ ਆਫ ਆਰਟਸ। ਓਕੇ, ਐਂਡ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ? ਬਹੁਤ ਵਧੀਆ ਹੈ। ਤੁਹਾਡਾ ਕੀ ਨਾਮ ਹੈ? ਐਂਜਲ ਅਰੋੜਾ। ਓਕੇ, ਐਂਡ ਕਿਹੜੇ ਕਾਲਜ ਐਂਡ ਕੋਰਸ ਚੱਲੇ ਹੋ? ਸਰ ਕੰਪਨ ਕਾਲਜ ਜਨਰਲ ਬਿਜ਼ਨਸ। ਓਕੇ, ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਮੈਕਰੋ? ਅਮੇਜ਼ਿੰਗ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਲਵਪ੍ਰੀਤ ਕੌਰ ਹੈ, ਮੇਰੀ ਯਾਰਕਵਿਲੇ ਯੂਨੀਵਰਸਿਟੀ ਹੈ ਐਂਡ ਮੇਰਾ ਬੀਬੀਏ ਕੋਰਸ ਹੈ। ਓਕੇ, ਐਂਡ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ? ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਕਾਉਂਸਲਰਸ ਬਹੁਤ ਜ਼ਿਆਦਾ ਵਧੀਆ ਸੀ ਤੇ ਉਹ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਸੀਗੀ। ਓਕੇ, ਥੈਂਕ ਯੂ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪ੍ਰਭਦੀਪ ਕੌਰ ਹੈ, ਯਾਰਕਵਿਲੇ ਯੂਨੀਵਰਸਿਟੀ। ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਵਧੀਆ ਰਿਹਾ। ਥੈਂਕ ਯੂ। ਸਰ ਮੇਰਾ ਨਾਮ ਰਾਜਵੀਰ ਸਿੰਘ ਸੰਧੂ ਹੈ, ਮੈਂ ਕੈਂਬਰਿੰਗ ਕਾਲਜ ਹੈ ਮੇਰਾ ਸਰ, ਤੇ ਮੇਰਾ ਜਿਹੜੀ ਕੋਰਸ ਹੈ ਉਹ ਹੈਗਾ ਹਾਸਪਿਟੈਲਿਟੀ। ਓਕੇ, ਐਂਡ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ? ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਥੈਂਕ ਯੂ। ਸੋ ਤੁਸੀਂ ਵੀ ਜੇ ਜਾਣਾ ਚਾਹੁੰਦੇ ਹੋ ਕੈਨੇਡਾ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਓਪਨ ਵਰਕ ਪਰਮਿਟ ਤੇ, ਤਾਂ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਮਿਲ ਸਕਦੇ ਹੋ। ਧੰਨਵਾਦ।